ચંદ્ર મહારાજ કી જય, બોલો વિષ્ણુ ભગવાન કી જય, શ્રી ગરો પ્રાણ કી જય। આજ યહાં હમ સભી બહેન ભાઈ સભી જો એકત્રિત હુએ હૈ વહ હમારે બીચ મે સે માતાજી કી દિવ્ય જ્યોતિ, માતાજી કી દિવ્ય જ્યોતિ जो परमात्मा के चरणों में लीन हुई है, उनकी आत्म शांति के लिए जो गर्भ प्राण का पाठ चल रहा है, उसकी संपूर्णता के लिए हम सभी बैठ करके उन माता जी की आत्मा के लिए उस परम पिता परमात्मा से प्रार्थना करते हैं। तेरी क्रिया कर्म करूंगा, करूंगा बेड़ा पार तेरा। और यही भगवान ने किया। जब जटायु की मौत हुई है, भगवान राम अपने पिता की मौत पर नहीं थे, लेकिन जटायु का जब अंत समय आया तो भगवान उसके निकट थे। दीन मलीन मदीन है अंग, विहंग पर्यो मही खिन्न दुखारी, राघव दीन दयालु कृपाल को देख दशा करुणा भई भारी, बार ही बार सुधारत पंख, जटायु की दूरी जटान सुधार। अपनी जटाओं से उसकी धूमी को झाड़ा भगवान ने, कितना वो भाग्यशाली रहा। इसलिए पुत्र मांगे जाते हैं, अंत समय में माता पिता के निकट हो और उनकी सेवा संभाल करें, इसीलिए पुत्र मांगे जाते हैं। वैसे तो मां के ऋण को अभी पंडित जी कह रहे थे कोई उतार नहीं सकता। एक राजा ने भी कोशिश की थी कि मैं मां के ऋण को उतार दू, बहुत सारा सोने का ढेर लगा दिया और मां को कहा मां इसको हाथ लगा, मां ने उसको हाथ लगा दिया। अब वो बांटने लगा गरीबों में, सोना बांट रहा है, बड़ा प्रसन्न। मां कहती है क्यों प्रसन्न हो रहा है, कि बस मां वैसे ही प्रसन्न हो रहा हूं, तेरे हाथ से मैंने इतना दान दिलवा दिया, वो ऋण तो उतर गया होगा। मां कहती हां एक रात में वो ऋण उतार सकता है, बस ज्यादा नहीं, एक रात में उतर जाएगा। कि हां कब उतारेगा, कि जब मां तू कहे तभी उतार दूंगा। मां कहती है फिर तेरी इच्छा है, जब तू उतारना चाहे तभी उस ऋण को उतार लेना। वो कहता है मां आज ही नहीं। मां से उसने कहा कि मां मैं तेरे ऋण को उतारना चाहता हूं। मां कहती है एक रात बस, ज्यादा नहीं, एक रात मेरे साथ सो जा। उसी एक सना लग दिया नहीं, टुर जावण एक बार ते मामा लग दिया नहीं, उत्तर भावे लाख जहान चो मंदे ने, मामा आखण सारे जग नालों चंगे रे, होर किसे तो इंज वफावा लब दिया नहीं, तुर जावण इक वार ते मामा लब दिया नहीं।
ਮਾਂ ਦੇ ਵਰਗਾ ਕਿੰਨੇ ਦਰਦ ਵੰਡਾਉਣਾ ਏ, ਐਵੇਂ ਬੂਹਾ ਖੜਕਿਆ ਕਿੰਨੇ ਆਉਣਾ ਏ, ਐਵੇਂ ਰੌਲਾ ਪਾਉਣਾ ਕਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਉਪਸਥਿਤੀ ਸੇ ਇਸ ਪਰਿਵਾਰ ਕੇ ਪ੍ਰਤੀ ਸਨੇਹ ਔਰ ਉਸ ਮਾਤਾ ਕੇ ਪ੍ਰਤੀ ਆਦਰ ਆਪ ਸਭੀ ਸਮਝ ਸਕਤੇ ਹੈ। ਆਪ ਸਭੀ ਦੇਖ ਰਹੇ ਹੈ ਉਸ ਮਾਂ ਕੀ ਪੁਰਵਾੜੀ ਮੇ ਜੋ ਉਸਕੇ ਨੰਨੇ ਮੁੰਨੇ ਹੈ ਰਜਿੰਦਰ ਸੁਖੀਜਾ ਜੀ, ਹਮਾਰੇ ਭਾਈ ਸੁਰਿੰਦਰ ਸੁਖੀਜਾ ਜੀ, ਸ਼ਾਮਦੀਪ ਸੁਖੀਜਾ ਜੀ, ਰਾਮ ਸੁਖੀਜਾ ਜੀ ਔਰ ਹਮਾਰੀ ਭੈਣੇ ਉਰਮਲਾ ਡੀਂਗਰਾ, ਨਿਰਮਲਾ ਵਧਵਾ, ਪ੍ਰੋਮਿਲਾ ਔਰ ਅਰਚਨਾ ਖੁਰਾਣਾ ਜੀ ਹਮਾਰੇ ਸਾਥ, ਸਾਰੇ ਸ਼ਹਿਰ ਵਾਸੀਆਂ ਨੇ ਪੰਜਾਬ ਤੋਂ ਵੱਖ ਵੱਖ ਸ਼ਖਸੀਅਤਾਂ ਪਹੁੰਚਣ ਤੇ ਇਹ ਮਾਤਾ ਦਾ ਪਿਆਰ ਹੈ ਨਗਰ ਦੇ ਵਿੱਚ ਨਾਲ ਦਾ ਕਾਸੀ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਮਿਲਦਾ ਰਿਹਾ ਔਰ ਅੱਜ ਉਸ ਪਰਿਵਾਰ ਨੇ ਸ਼ਹਿਰ ਦੇ ਵਿੱਚ ਸਮਾਜ ਸੇਵੀ ਕੰਮਾਂ ਦੇ ਨਾਲ ਕਿਸ ਤਰ੍ਹਾਂ ਦਾ ਰੁਤਬਾ ਬਣਾਇਆ ਹੈ ਇਹ ਮਾਤਾ ਜੀ ਦਾ ਪਿਆਰ ਹੈ। ਸੋ ਮੈਂ ਲਾਇਨਸ ਇੰਟਰਨੈਸ਼ਨਲ ਆਪਣੇ ਪਰਿਵਾਰ ਵੱਲੋਂ ਔਰ ਲਾਇਨਸ ਕਲੱਬ ਵਾਟਰ ਸਰਵਿਸ ਜਿੰਨੀਆਂ ਸਮੂਹ ਲਾਇਨਸ ਕਲੱਬਾਂ ਨੇ ਸਮਾਜ ਸੇਵੀ ਸੰਸਥਾਵਾਂ ਨੇ ਸਕੂਜਾ ਪਰਿਵਾਰ ਨੂੰ, ਰਾਮ ਜੀ ਨੂੰ, ਅੱਜ ਦੀ ਮਾਤਾ ਜੀ ਨੂੰ ਇਹ ਸੱਚੀ ਸ਼ਰਧਾਂਜਲੀ ਹੈ ਕਿ ਪਰਿਵਾਰ ਸੇਵਾ ਦੇ ਕਾਰਜਾਂ ਦੇ ਵਿੱਚ ਹਮੇਸ਼ਾ ਇੱਦਾਂ ਹੀ ਡਟਿਆ ਰਹੇ ਤੇ ਸਾਰੇ ਸ਼ਹਿਰ ਦੇ ਵਿੱਚੋਂ ਇਸੇ ਤਰ੍ਹਾਂ ਪਿਆਰ ਲੈਂਦਾ ਰਹੇ। ਇਹੀ ਸੇਵਾ ਹੈ ਕਿ ਅੱਜ ਦੇ ਮੌਕੇ ਤੇ ਮੈਂ ਬੜਾ ਪਿਆਰ ਇਹਨਾਂ ਦੇ ਕਰਕੇ ਬੜਾ ਪਿਆਰ ਸੀ ਸਾਡਾ ਵੀ ਇਸ ਸੰਬੰਧ ਦੇ ਵਿੱਚ ਇੱਥੇ ਇਕੱਤਰ ਹੋਏ ਆ। ਬੇਨਤੀ ਕਰਦਾ ਮਾਵਾਂ ਨੂੰ ਕਿ ਬੱਚਿਆਂ ਨੂੰ ਜ਼ਰੂਰ ਮਜ਼ਬੂਰ ਬਣਾਓ, ਥੋੜ੍ਹਾ ਬਹੁਤਾ ਧਾਰਮਿਕ ਵੱਲ ਇਹਨਾਂ ਦੇ ਵਿੱਚ ਜ਼ਰੂਰ ਚੜਾਓ। ਇਹਨਾਂ ਸ਼ਬਦਾਂ ਦੇ ਨਾਲ ਮੈਂ ਮਾਫ਼ੀ ਕਰਨਾ ਚਾਹਾਂ ਔਰ ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ, ਮਹਾਮਾਈ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਡੀ ਮਾਤਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਪਰਿਵਾਰ ਨੂੰ ਜਿਹੜਾ ਇੰਨਾ ਸੋਹਣਾ ਪਰਿਵਾਰ ਆ, ਰਜਿੰਦਰ, ਸੁਰਿੰਦਰ, ਰਾਮ, ਸ਼ਾਮ, ਸਾਡੀਆਂ ਭੈਣਾਂ, ਜਿਹੜਾ ਇੱਕ ਬੜਾ ਯੂਨਾਈਟਡ ਪਰਿਵਾਰ ਆ, ਚਾਹੇ ਦੇਸ਼ਾਂ 'ਚ ਚਾਹੇ ਵਿਦੇਸ਼ਾਂ 'ਚ, ਇਹਨਾਂ ਨੇ ਬਹੁਤ ਵੱਡਾ ਨਾਂ ਕੱਟਿਆ। ਇਹ ਸਿਰਫ ਉਸ ਮਾਂ ਦੀ ਬਦੌਲਤ ਹੈ। ਧੰਨਵਾਦ ਮੇਰੀਓ ਭੈਣੋ ਔਰ ਦੋਸਤੋ, ਅੱਜ ਅਸੀਂ ਮਾਤਾ ਲਾਜਵੰਤ ਜੀ ਦੀ ਯਾਦ ਵਿੱਚ ਜੁੜ ਬੈਠੇ ਹਾਂ। ਸਪੀਕਰ ਪਰਿਵਾਰ ਇੱਕ ਜਾਣਿਆ ਮੰਨਿਆ ਪ੍ਰਵਾਨਿਆ ਜਸ਼ਨ ਮੇਰੇ ਗੁਰੂ ਜੀ ਕਾਲੀ ਕਹਿ ਰਹੇ ਸਨ, ਮਾਨ ਪ੍ਰਿਸ਼ਠਾ ਵਾਲਾ ਪਰਿਵਾਰ। ਇਨਸਾਨ ਦੀ ਜ਼ਿੰਦਗੀ ਬੜੀ ਕੀਮਤੀ ਹੈ, ਬਹੁਤ ਕੀਮਤੀ, ਸ਼ਾਇਦ ਦੁਨੀਆ 'ਤੇ ਇਸ ਤੋਂ ਨਾਲੋਂ ਕੀਮਤੀ ਕੋਈ ਹੋਰ ਚੀਜ਼ ਨਹੀਂ। ਪੰਡਿਤ ਜੀ ਨੇ ਵੀ ਅੱਜ ਆਪਣੇ ਪ੍ਰਵਚਨ ਸ਼ਰਧਾ ਵਜੋਂ, ਮਾਤਾ ਜੀ ਨੂੰ ਸ਼ਰਧਾ ਵਜੋਂ ਤੁਹਾਡੀਆਂ ਅਰਦਾਸਾਂ ਨਾਲ ਉਸ ਮਾਤਾ ਦੀ ਆਤਮਾ ਸਿੰਘੀ ਮਾਰਗ ਦੇ ਚਰਨਾਂ 'ਚ ਵਸ ਜਾਵੇ। ਸਾਨੂੰ ਵਾਸ ਵੀ ਜਾਵੇ ਬਾਬਾ ਸਿੰਘ ਗੁਰੂ ਜੀ ਅਰਦਾਸ ਹੈ।
ਇਹਨਾਂ ਸ਼ਬਦਾਂ ਨਾਲ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੇ ਸਾਰੇ ਸਾਥੀਆਂ ਵੱਲੋਂ ਉਸ ਵਿਸ਼ਵੀ ਆਦਮੀ ਦੇ ਚਰਨਾਂ ਸ਼ਰਧਾ ਦੀ ਕੁਛ ਭੇਟ ਕਰਦਾ। ਬਹੁਤ ਬਹੁਤ ਧੰਨਵਾਦ। ਨਾਰਾਇਣ ਵਾਸੁਦੇਵਾ ਏਨਾ ਤੇ ਨਾਰਾਇਣ
हम सभी बहन भाई सभी जो एकत्रित हुए हैं वह हमारे बीच में से माता जी की दिव्य ज्योति, माता जी की दिव्य ज्योति जो परमात्मा के चरणों में लीन हुई है, उनकी आत्म शांति के लिए जो गर्भ प्राण का पाठ चल रहा है उसकी संपूर्णता के लिए हम सभी बैठ करके और माता जी की आत्मा के लिए उस परम पिता परमात्मा से प्रार्थना करते हैं कि हे प्रभु, हे हरि भगवान, हे अच्युत भगवान, हे केशव भगवान, हे माधव भगवान, हे मधुसूदन भगवान, आप हमारी उन दिव्य ज्योति माता जी की दिव्य ज्योति को अपने चरणों में स्थान देना। हमारा यही एक श्रेय होता है यहाँ एकत्रित होने का कि जो प्राणी गया हुआ है उसकी आत्मा की ज्योति के लिए परमात्मा से प्रार्थना करनी है, प्रभु उनकी आत्मा को अपने चरणों में स्थान देना। गर्भ प्राण के प्रथम अध्याय से लेकर के 16वें अध्याय तक भगवान ने महामार्ग का वर्णन किया है। इस मार्ग में चलने के लिए हम अनेकों घर बनवाते हैं, गाड़ी खरीदते हैं, घोड़ा खरीदते हैं, अनेकों अनेकों चीजों का हम संग्रह करते हैं, एकत्रित करते हैं, अनेकों चीजों का संग्रह करते हैं, एकत्रित करते हैं, परंतु उस महामार्ग में जाने के लिए हम कोई वस्तु का संग्रह नहीं करते। सब कुछ जब अपने इस शरीर को लेकर के जीव नहीं जाता है तो सारे संसार की वस्तुओं का जिनका हम संग्रह करते हैं उनको लेकर के क्या जाएगा? जब शरीर को लेकर के नहीं जाता है, जीव प्लस आत्मा इस शरीर के अंदर दो पक्षी निवास करते हैं, जीव प्लस आत्मा, जीव आत्मा, जीव प्लस आत्मा, जीवात्मा। इसके आत्मा किसका स्वरूप है? उस परमात्मा का स्वरूप है। तृण से लेकर के हाथी पर्यंत, तृण माने घास, तृण माने घास, तृण से लेकर के हाथी पर्यंत जितनी 84 लाख योनी है उनके अंदर भगवान सूक्ष्म रूप से सबके बीच में एक ही रूप से विराजमान है, आत्मा के रूप से विराजमान है, एक ही रूप से विराजमान है, आत्मा के रूप में विराजमान है। देखो इस संसार में साक्षात के कलयुग में भगवान दो जगह दिखाई देते हैं, साक्षात के भगवान। हम जिस भी भगवान की मूर्ति को देखते हैं, जिस भी भगवान के फोटो को देखते हैं तो क्या कहते हैं? भगवान शिव हैं, ये भगवान राधा कृष्ण हैं, ये राम जी हैं, ये हनुमान जी हैं। ना हमने देखा ना हमारे बुजुर्गों ने देखा, परंतु साक्षात के भगवान यहाँ दो जगह दिखाई देते हैं कलयुग में। कौन से साक्षात के भगवान? एक तो माता पिता अपने साक्षात के भगवान हैं और एक सूर्य भगवान है जो हमारे अंधेरे को प्रकाश में परिवर्तित करते हैं। दो साक्षात के भगवान हैं।
इनकी आराधना अगर आप करते हैं, इनकी सेवा अगर आप करते हैं, इनकी आराधना आप करते हैं, तो भगवान आपकी आराधना को स्वीकार करते हैं, क्योंकि माता पिता के बीच में भी परमात्मा विराजमान है। आज संसार में क्या हो रहा है? संसार में यह हो रहा है कि तुमको खाना किसने सिखाया था, तुमको बोलना नहीं आता, कुछ बोलते हैं, कुछ कहते हैं, कुछ निकलता है। उन बच्चों से पूछो, तुमको बोलना किसने सिखाया? ये सब प्राणी भूल जाता है। माता पिता का तो प्राणी जीवन में देना नहीं दे सकता। माँ का तो मैं बताऊं, अपनी चमड़ी की जूती पहना बना करके अपनी माता को पहना देना, तब भी माँ का देना नहीं हो सकता। माँ 9 महीने गर्भ में रखती है उसको, 9 महीने गर्भ रखती है, और जब बच्चे का जन्म होता है, माँ के गर्भ से अलग होता है, तब माँ उसको क्या करती है, बच्चे को सूखे में सुलाती है और आप गीले में सोती है। अब तो सुविधा चल गई है, परंतु पहले जब सुविधा नहीं थी तो क्या होता था, इधर गीला हो गया माँ ने इधर मिटा दिया, इधर गीला हो गया माँ ने इधर मिटा दिया। जब कहीं जगह नहीं होती तो पूरी रात पर माँ अपने पेट के ऊपर, अपने शरीर के ऊपर बच्चे को लिटा करके रखती थी, अपने बच्चे को अपने ऊपर लिटा के रखती थी कि मेरे बच्चे को गीला ना लग जाए। क्या हम उन माँ का देना दे सकते हैं? क्या उस माँ का देना दे सकते हैं? एक प्राणी था, एक प्राणी था, माँ का देना हम नहीं दे सकते। एक प्राणी था, उसने कहा, संत महापुरुषों के पास जाता था, सत्संग करता था, तो उससे कहते थे, संत कहते थे कि भैया अपने माता पिता का कोई देना नहीं दे सकता। संतों की वाणी से, जितने भी संतों की वाणी से सुना, उसने यही सुना कि माता का पिता का देना नहीं दे सकते, माँ का देना नहीं दे सकते। उन्होंने कहा, उसने क्या किया, और माता जब बुजुर्ग हुई तो जैसे माँ बाप अपने बच्चे की सेवा करते हैं, उस प्रकार से अपनी माँ की सेवा उन बच्चों ने की। माँ की सेवा उसने कैसे की, जैसे बच्चे की माता पिता सेवा करते हैं, सूसू साफ करते हैं, पोटी साफ करते हैं, उसी प्रकार उसने माँ की सेवा की। थोड़े दिन माँ बाद में माँ परम धाम को चली गई, और जब परम धाम को माँ चली गई तो उसके बाद में वह संतों के पास गया, वह प्राणी संतों के पास गया और संतों से कहने लगा, महाराज आप कहते हैं कि माता पिता का देना कोई पुत्र नहीं दे सकता, कि हाँ कोई नहीं दे सकता, कि मैंने अपने माता पिता का देना दे दिया, मैंने अपना कर्ज सिर से उतार दिया। वो कहते, भैया आपने कैसे कर्ज उतार दिया, जब मैं छोटा था, बच्चा था, मैं सुसु करता था, पोटी करता था, माँ मेरी शाप करती थी, अब मेरी माँ बीमार हो गई तो जो मैं करता था वही माँ करती थी, तो मैं सब करता था, मैंने उनका देना दे दिया, मैंने उनका देना दे दिया। संत ने कहा, भैया नहीं दिया, कि महाराज जो काम माँ करती थी मेरे साथ में, मैंने माँ के साथ किया, देना नहीं दिया। कि नहीं, कैसे महाराज? मैं, संत ने कहा कि बेटा जब माँ तेरी बीमार थी, जब तू सूसू पोटी साफ करता था, तेरे मन में क्या आता था,
तू बहुत परेशान था कि मेरी मां बहुत कष्ट पा रही है, तो क्या कहता था बताओ? कि मैं ये कहता था, भगवान मेरी मां को अब इतना कष्ट मत दो, मेरी मां को उठा लो, कहता था ना कि हाँ। जब तेरे पास रिश्तेदार तेरी मां को देखने के लिए आते थे तो रिश्तेदार क्या कहते थे कि इतना कष्ट परमात्मा इनको ना दे, अब तो इनको ऊपर उठा ले तो बहुत बढ़िया। कि हाँ, सुसु और फूटी करते थे बचपन में, तो क्या माँ ये सोचती थी कि मेरे बेटे को भगवान उठा ले? तो माँ का देना दे सकते हो क्या? कोई माँ के सामने उसके पुत्र के लिए ऐसे शब्द भी कोई आकर के रिश्तेदार बोल दे तो माँ उसका इतना हाल करेगी, बुरा हाल कर देगी। वह संतों के चरणों में पड़ गया और संतों से कहा, महाराज माता पिता का कोई संसार में देना नहीं दे सकता है, इस संसार में माता पिता का नहीं दे सकता है, किसी का भी दे देना पर माता पिता का नहीं दे सकता। माता पिता के तो चरणों की रज को अपने सिरोधार्य करना चाहिए और उनकी सेवा ऐसे करनी चाहिए जैसे आप भगवान की सेवा कर रहे हो, जैसे आप भगवान की सेवा कर रहे हो वैसे माता पिता की सेवा करनी चाहिए। इस संसार में आत्मा सो परमात्मा, परमात्मा सो परम गति। जो जीव इस संसार में जन्म लिया है उसकी मृत्यु अवश्य है और जिसकी मृत्यु है उसका इस संसार में जन्म अवश्य है, ऐसा इस संसार में जन्म अवश्य है। भगवान किसी को कष्ट नहीं देते हैं, भगवान किसी का बुरा नहीं चाहते हैं, केवल हमारा कर्म ही हमारे साथ में दुख सुख का साथी होता है। बोलो श्री श्री कृष्ण चंद्र। हे देवाधिदेव, हे नाथ, हे प्रभु, आपने अमृत वचन सुनकर के भवसागर से उद्धार किया, मेरा संदेह दूर हो गया, मैं कृतकृत हो गया, इसमें संशय नहीं। ऐसा कहकर गरुण चुपचाप स्थित हो ध्यान अवस्थित हो गए। जिनके स्मरण से भगवान के हरि के स्मरण से दुर्गति दूर होती है, पूजन योग से सदगति देते हैं, जो अपने निज भक्तों को मुक्ति देते हैं, निज भक्तों को मुक्ति देते हैं, वह हरि भगवान मुझे भव सागर से बचाए। श्री गरुड़ पुराणी सारे भगवत गरुड़ संवादे मुख्य धर्म रूपो नाम 16वां अध्याय समाप्त। हरिओम तत्सत्। हरिओम तत्सत्। श्री कृष्ण गोविंद हरे मुरारी, हे नाथ नारायण वासुदेवा, हे नाथ नारायण वासुदेवा, हे नाथ नारायण रघुवंशनाथम या कुंदो तुषार हार धवला अतुलित बल धाम हेम शैला विदेहम धनुज वन कृशानम ज्ञानी नाम अग्रगण्यम सकल गुण निदानम वानरानामदीशम रघुपति प्रिय भगतम वात जातम नमामि। जय जगवंदन नंद के नंदन दुष्ट निकंदन नाग नथैया केशव कृष्ण कृपाल कृपा निधि दानव कंस
विध्वंस करेगा। पाप हरो अगहारियो तुम हम पापी पापिन पाप करिया देर भई तब द्वार निहारियो देत खड़ा ये भिक्षु दुहैया। प्रभु प्राणनाथम विभुम विश्वनाथम जगन्नाथ नाथम सदानंद भाषे भवद्रव्य भूतेश्वरम भूतनाथम शिवम शंकरम शंभुमीशानमीडे शमशाने वसंतम मनोजम दमंतम शिवम शंकरम शंभुमीशानमीडे। बोलो शंकर भगवान की। इस शोक सभा में उपस्थित बंधुवर बुजुर्गों भाइयों ऋषियों मुनियों अवतारों को जन्म देने वाली पवित्र आत्माओं माताओं बहनों के लिए, जैसा आप सभी को विदित है हमारे बीच से वो दिवंगत आत्मा जिनका सांसारिक नाम श्रीमती लाजवंती पत्नी स्वर्ग पुत्र वधुएं वीना रानी नीलम रानी किरणदीप और संगीता एक बार एक व्यक्ति मुझे मिला। मैंने पूछा आप घर में कौन कौन रहते हैं। वो कहने लगा मैं मेरी पत्नी दो बच्चे और मेरी माता मेरे पास रहती है। मैंने कहा गलत बोल रहे हो आप आधे से ये कहना शुरू करें मैं मेरी पत्नी और दोनों बच्चे अपनी माता के पास रहते हैं, माता हमारे पास नहीं रहती। सेवा तो पूरे परिवार ने की लेकिन मां की शरण में रामचंद्र और संगीता ज्यादा रहे। इन्होंने माता की सेवा की। वैसे पूर्णानाम नरकेती तारियती सपुत्र। सपुत्र की व्याख्या बड़ी सुंदर भगवान ने की है। पुत्र मांगे ही इसीलिए जाते हैं कि जीवित अवस्था में अपने माता पिता की सेवा करें और मरने के बाद श्रद्धा से उनके क्रियाकर्म इत्यादि करें, इसीलिए पुत्र मांगे जाते हैं। अभी मैं सोच करके कुछ और आया था बोलने के लिए लेकिन आदरणीय पंडित जी मां के ऊपर बोल रहे थे, मां के ऋण को कोई चुकता नहीं कर सकता। सुने उससे पहले आप सबकी सच्ची श्रद्धांजलि यही होगी एक दो बार हरि नाम उच्चारण करें। ज्यादा देर नहीं कहूंगा एक दो बार कहें गोविंद बोलो हरि गोपाल बोलो गोविंद बोलो हरि गोपाल बोलो राधा प्यार दे मुक जांदे
ਤੇ ਸਿਰ ਤੇ ਵੱਧਦੀਆਂ ਲਾਲ ਹਨੇਰੀਆਂ ਨੇ ਓਏ ਜਿਹੜੇ ਕਹਿੰਦੇ ਸਾਨੂੰ ਮਰਾਂਗੇ ਨਾਲ ਤੇਰੇ ਉਹਨਾਂ ਸੱਜਣਾ ਵੀ ਅੱਖਾਂ ਫੇਰੀਆਂ ਨੇ ਕਿ ਜਿਹੜੇ ਤੋੜ ਨਿਭਾਉਣ ਦਾ ਕਰਨ ਵਾਦਾ ਉਹਨਾਂ ਰਾਹੀਆਂ ਨੇ ਢਾ ਲਈਆਂ ਢੇਰੀਆਂ ਨੇ ਓਏ ਸ਼ਰਮਾ ਉਸ ਸਰਕਾਰ ਦਾ ਭਜਨ ਕਰ ਲੈ ਓਏ ਵਾਗਾ ਆਪਣੇ ਵੱਲ ਜਿਸ ਫੇਰੀਆਂ ਨੇ ਆਸ਼ਿਕ ਸੀਰ ਨਾ ਦੇ ਖਾਨੇ ਭਾਲਦੇ ਨਹੀਂ ਆਸ਼ਿਕ ਸੀਰ ਨਾ ਦੇ ਖਾਨੇ ਭਾਲਦੇ ਨਹੀਂ ਤੇ ਵੇਖਣ ਰੰਗ ਬਿਰੰਗੀਆਂ ਨਹੀਂ ਸੂਰਤਾਂ ਨੂੰ ਓਏ ਇਸ਼ਕ ਅਕਲ ਤੇ ਸ਼ਕਲ ਨੂੰ ਵੇਖਦਾ ਨਹੀਂ ਤੇ ਮੌਤ ਵੇਖਦੀ ਨਹੀਂ ਮਹੂਰਤਾਂ ਨੂੰ ਕਿ ਪਿਆਰੇ ਪ੍ਰੀਤਮ ਦੀ ਜ਼ਾਤ ਸਫਾਤ ਕਿੱਥੇ ਤੇ ਸਾਧੂ ਜਾਣਦੇ ਨਹੀਂ ਕਦੂਰਤਾਂ ਨੂੰ ਓਏ ਸੱਚਾ ਸਾਥੀ ਰਾਮ ਪਿਆਰਾ ਇੱਕੋ ਤੇ ਬਾਕੀ ਬੇਲੀ ਨੇ ਆਪਣੀ ਜ਼ਰੂਰਤਾਂ ਨੂੰ ਸੁਰ ਨਰ ਮੁਨੀ ਸਭ ਕੀ ਇਹ ਰੀਤੀ ਸਵਾਰਥ ਲਾਗ ਕਰੇ ਸਭ ਪ੍ਰੀਤੀ ਸਭ ਸਵਾਰਥ ਸੇ ਇੱਕ ਦੂਸਰੇ ਸੇ ਪ੍ਰੀਤੀ ਕਰਤੇ ਹੈ ਲੇਕਿਨ ਬੰਧੂਓ ਮਾਤਾਓ ਬਹਿਨੋ ਦੇਵੀਓ ਇੱਕ ਮਾਂ ਹੈ ਜਿਸ ਕੋ ਸਵਾਰਥ ਨਹੀਂ ਹੁੰਦਾ ਮਾਂ ਨਿਸਵਾਰਥ ਭਾਵ ਸੇ ਕਰਦੀ ਸ਼ਾਸਤ ਤੋ ਕਹਿੰਦੇ ਆ ਤੀਨ ਦਿਨੋਂ ਤੱਕ ਤੇਰੀ ਯਾਰ ਹੋਵੇ ਚਾਰ ਦਿਨੋਂ ਤੱਕ ਭਰਾਤਾ ਕੋਈ ਕਿਸੇ ਕੇ ਲਈ ਜ਼ਿਆਦਾ ਨਹੀਂ ਰੋਤਾ ਜਬ ਤੱਕ ਜੀਵੇ ਵੋ ਮਾਤਾ ਰੋਵੇ ਮਾਂ ਐਸੀ ਹੈ ਅਗਰ ਪੁੱਤਰ ਉਸਕੇ ਸਾਹਮਣੇ ਚਲਾ ਜਾਤਾ ਹੈ ਤੋ ਮਾਂ ਜਬ ਤੱਕ ਜੀਤੀ ਹੈ ਤਬ ਤੱਕ ਉਸਕੋ ਯਾਦ ਕਰਦੇ ਹੋਏ ਰੋਤੀ ਹੈ ਮਾਂ ਵੋ ਹੈ ਮੈਂ ਤੋ ਕਹਾ ਕਰਤਾ ਹੂੰ ਕਿ ਬਹੁਤ ਰੋਤੇ ਹੈ ਮਗਰ ਦਾਮਨ ਹਮਾਰਾ ਨਮ ਨਹੀਂ ਹੋਤਾ ਬਹੁਤ ਰੋਤੇ ਹੈ ਮਗਰ ਦਾਮਨ ਹਮਾਰਾ ਨਮ ਨਹੀਂ ਹੋਤਾ ਤੇ ਪੇਕੇ ਹੀ ਮੁੱਕ ਜਾਂਦੇ ਮਾਂ ਮਰੇ ਤੇ ਪੇਕੇ ਹੀ ਮੁੱਕ ਜਾਂਦੇ ਤੇ ਪਿਓ ਮਰੇ ਕਰ ਮਿਲਾ ਓਏ ਸ਼ਾਲਾ ਮਰਨ ਨਵੀਰ ਕਿਸੇ ਦੇ ਓਏ ਉਜੜ ਜਾਂਦਾ ਜੇ ਮਿਲਾ ਸ਼ਾਲਾ ਮਰਨ ਨਵੀਰ ਕਿਸੇ ਦੇ ਓਏ ਉਜੜ ਜਾਂਦਾ ਜੇ ਮਿਲਾ ਕਿ ਪਿਓ ਮਰੇ ਸਿਰ ਨੰਗਾ ਹੋਵੇ ਤੇ ਵੀਰ ਮਰਨ ਕੰਡ ਖਾਲੀ ਓਏ ਮਾਵਾਂ ਬਾਜ਼ ਮੁਹੰਮਦ ਬਖਸ਼ਾ ਫਿਰ ਕੌਣ ਕਰੇ ਰਖਵਾਲੀ ਮਾਵਾਂ ਬਾਜ਼ ਮੁਹੰਮਦ ਬਖਸ਼ਾ ਫਿਰ ਕੌਣ ਕਰੇ ਰਖਵਾਲੀ ਮਾਂ ਉਹ ਹੈ ਜਨਤੀ ਉਹ ਲੋਕ ਜਿਨ੍ਹਾਂ
ਮਾਵਾਂ ਰਾਜ਼ੀ ਰੱਖੀਆਂ ਜੰਨਤ ਦੀ ਅਲੋਕ ਜਿਨਾ ਮਾਵਾਂ ਰਾਜ਼ੀ ਰੱਖੀਆਂ ਮਾਂ ਭਾਵੇਂ ਜੱਗ ਵਿੱਚੋਂ ਮੀਛ ਜਾਵੇ ਅੱਖੀਆਂ ਪੁੱਤਰ ਥੋੜੀ ਦੇਰ ਨਾ ਆਏ ਮਾਂ ਬਹੂਆਂ ਕੋ ਪੋਤੋਂ ਕੋ ਕਹਿਣਾ ਸ਼ੁਰੂ ਕਰ ਦਿੰਦੀ ਹੈ ਫੋਨ ਕਰ ਉਹਨੂੰ ਆਇਆ ਨਹੀਂ ਜਾਂ ਤੱਕ ਉਸਕਾ ਬਸ ਚਲਤਾ ਹੈ ਉਹ ਜਾਗਦੀ ਰਹਿੰਦੀ ਹੈ ਜਬ ਪੁੱਤਰ ਘਰ ਮੇ ਆ ਜਾਏ ਤਬ ਮਾਂ ਸੋਤੀ ਹੈ ਜਨਤੀ ਲੋਕ ਜਿਨਾ ਮਾਵਾਂ ਰਾਜ਼ੀ ਰੱਖੀਆਂ ਮਾਂ ਪਾਵੇ ਜੰਗ ਵਿੱਚੋਂ ਮੀਚ ਜਾਵੇ ਅੱਖੀਆਂ ਨਾਲ ਰਹਿੰਦੀ ਸਦਾ ਮਾਂ ਦੀ ਦੁਆ ਮਾਵਾਂ ਜਦੋਂ ਮਰ ਜਾਂਦੀਆਂ ਕੋਈ ਨੀ ਕਹਿੰਦਾ ਪੁੱਤ ਛੇਤੀ ਕਰ ਆ ਮਾਂ ਜਦੋਂ ਮਰ ਜਾਂਦੀਆਂ ਮਾਂ ਬਾਜੋ ਜੱਗ ਦੀ ਖੁਦਾਈ ਸਾਰੀ ਸੁੰਜੀਏ ਮਾਂ ਦਿਆ ਪੈਰਾਂ ਹੇਠ ਸਵਰਗਾਂ ਦੀ ਕੁੰਜੀਏ ਖੈਰ ਪੁੱਤਰਾਂ ਦੀ ਮੰਗ ਦੀ ਸਦ ਮੰਗਾਂ ਮਰ ਕੇ ਵੀ ਤੇਰੇ ਲਈ ਦੁਆ ਮਾਂ ਜਦੋਂ ਮਰ ਜਾਂਦੀਆਂ ਕੋਈ ਨੀ ਕਹਿੰਦਾ ਪੁੱਤ ਛੇਤੀ ਕਰ ਆ ਮਾਂ ਜਦੋਂ ਮਰ ਜਾਂਦੀਆਂ ਜਿੱਥੇ ਮਾਂ ਰੋਈਏ ਗੱਲ ਰਾਈਆ ਹੁਣ ਮੁੱਕਦੀ ਮੁਕਾ ਓਏ ਮਾਂ ਰੁੱਸ ਜਾਏ ਤੇ ਰੁੱਸ ਜਾਏ ਖੁਦਾ ਮਾਂ ਜਦੋਂ ਮਰ ਜਾਂਦੀਆਂ ਲੇਕਿਨ ਇਹ ਸ਼ੋਕ ਸਭਾ ਦੀ ਸੋਚ ਸਭਾ ਹੈ ਸੋਚੇ ਬੈਠ ਕਰੇ ਵਿਚਾਰ ਕਰੇ ਵਿਚਾਰ ਨਹੀਂ ਸਭਾ ਹੈ ਵਿਚਾਰ ਕਰੇ ਹਾਂ ਜਿਨ ਮਾਂ ਬਾਪ ਨੇ ਹਮੇ ਸਭ ਕੁਛ ਦਿਆ ਅਭੀ ਆਦਰਣੀ ਪੰਡਿਤ ਜੀ ਕਹਿ ਰਹੇ ਥੇ ਮਾਂ ਕੇ ਰਿਣ ਕੋ ਚੁਕਤਾ ਕੋਈ ਕਰ ਨਹੀਂ ਸਕਦਾ ਇਹ ਸੱਚਾਈ ਸ਼ਾਸਤਰ ਕਹਿੰਦੇ ਮਾਤਰੀ ਦੇਵੋ ਭਾਵ ਸਭਸੇ ਪਹਿਲਾ ਦੇਵਤਾ ਹੀ ਮਾਂ ਔਰ ਜਿਨ ਮਾਂ ਤੇ ਪਿਤਾ ਕੀ ਸੇਵਾ ਕਰੀ ਤਿਨ ਤੀਰਥ ਦਾਨ ਕੀਓ ਨਾ ਕੀਓ ਜਿਸਨੇ ਆਪਣੇ ਮਾਤਾ ਪਿਤਾ ਕੀ ਸੇਵਾ ਕੋ ਕਰ ਲਿਆ ਉਸੇ ਤੀਰਥੋਂ ਪਰ ਜਾਣੇ ਕੀ ਜ਼ਰੂਰਤ ਨਹੀਂ ਹੈ ਆਦਰਣੀਯ ਲਾਜਵੰਤੀ ਜੀ ਜਿਨਕੇ ਚਾਰ ਪੁੱਤਰ ਮੈਂ ਪਹਿਲੇ ਕਾਰਾਮ ਲਕਸ਼ਮਣ ਭਰਤ ਸ਼ਤਰੂਘਨ ਜੈਸੇ ਔਰ ਕਿਸ ਪ੍ਰਕਾਰ ਕਾ ਵਾਤਾਵਰਣ ਘਰ ਮੇ ਹੋਗਾ ਕਿਸ ਪ੍ਰਕਾਰ ਸਮਾਜ ਮੇ ਇਨਕਾ ਵਾਤਾਵਰਣ ਹੋਗਾ ਇਹ ਸਭ ਦੇਖਣੇ ਕੋ ਪ੍ਰਤੀਤ ਹੋ ਰਹਾ ਹੈ ਐਸੇ ਸਮੇਂ ਪਰ ਹਮੇ ਪਤਾ ਲਗਤਾ ਹੈ ਇਸ ਵਿਅਕਤੀ ਨੇ ਜੀਵਨ ਮੇ ਕਿਆ ਕਮਾਇਆ ਹੈ ਧਨ ਤੋ ਬਹੁਤ ਸੇ ਲੋਕ ਕਮਾ ਲੈਂਦੇ ਹਨ ਲੇਕਿਨ ਸਮਾਜ ਸੇ ਜੁੜ ਕਰਕੇ ਰਹਿਣਾ ਇਹ ਕੋਈ ਕੋਈ ਕਰਦਾ ਅੱਜ ਕੇ ਆਉਣ ਵਾਲੇ ਲੋਕ
सगे संबंधी मित्रगण, ये व्यापार है, बहन भाई व पत्नी का भी प्यार है, क्या कहूं झूठा सारा ये संसार है, हम तो आशिक बने राम के नाम के, अब किसी से हमें प्यार करना नहीं। कहा जिस जगह राम चर्चा ना होती कभी, जिस जगह पे जगह राम चर्चा न होती कभी, कीर्तन व कथा भी न होती कभी, साधु ब्राह्मण की पूजा न होती कभी, लाख सोना बरसता होता है मां उस जगह पे हमें। और वो पक्षी था जो मुर्दा मांस खाता, जिसको हम गिद्ध कहते हैं, वहां उस कथा को सुनने आता था। अब वो कथा सुना रहे थे, कहा जन्म जन्म मुनि जतन कराही, अंत राम कहे आवत नाही। कई जन्म बीत जाते हैं लेकिन अंत समय जब मनुष्य का आता है उस समय राम का नाम लेना बड़ा मुश्किल हो जाता है। वो पक्षी उनसे संत से कहने लगा, जिस राम की आप रोज चर्चा हमको सुनाते हो, क्या उस राम के दर्शन मुझे हो सकते हैं? उसने कहा हां तुझे दर्शन जरूर होंगे, अगर तेरे मन में लगन है तुझे जरूर होंगे दर्शन। त्रेता के अंत में चक्रवर्ती सम्राट दशरथ के घर में राम बन करके आएंगे और तुझे उसके दर्शन होंगे। अब वो पक्षी उड़ गया इस इंतजार में। अब वो टिकटिकी लगा करके रोज यही सोचता रहता है, कभी महसूस होता है कि शुभ पैगाम आएगा, घटाएं शाम कहती हैं कि प्यारा राम आएगा। एक ने सुना है नवग्रह, उन नवग्रहों का मैं दर्शन करना चाहता हूं, इसलिए आया। उन्होंने कहा इधर में राजन आप बैठो, मैं अभी नवग्रहों को बुलाता हूं। कहा नहीं, दर्शन मैंने करने हैं, मैं उनके यहां जाकर के करूंगा। जबरदस्ती की तो शनिदेव के यहां इंद्र लेकर के गए। आवाज लगाई शनिदेव, कहा कौन? के इंद्र, अंदर आ जाओ। कहा नहीं, मेरे साथ मृत्यु लोक से कोई और आया है। तो कोई और आया है कि हां? कि रुको फिर कुछ। वो कहने लगे आप चिंता ना करो, कोई बात नहीं है, मैं राजा दशरथ हूं। प्यार से बोले राजन मुझे पुकारो ना, अपने हाथों ग्रस्त बाग में आप कुल्हाड़ी मारो ना। एक बार अगर सीधी नजर जिस पर भी पड़ जाती है, ढाई साल उस प्राणी को मछली समाये तड़पाती है। दशरथ ने जिद छानी नहीं, जो होगा देखा जाएगा। तो शनिदेव ने कहा लो अब मैं आपको दर्शन देता हूं। जैसे ही शनिदेव ने इधर, वो गिद्ध बैठा था इंतजार में, उसने देखा ऊपर से कोई गिर रहा है, उसने परों को फैलाया अपने ऊपर लेकर के नीचे आ गया, आकर के पंखों से हवा करने लगा।
राजा ने आंखें खोली, देखा एक पंछी मेरी सेवा कर रहा है। उसको राजा ने कहा नाम बता, कहने लगा मेरा नाम है जटायु, जटायु नाम है। अवधपति ने कहा मांग कुछ मेरे से, मैं चक्रवर्ती सम्राट हूं, जो चाहेगा वो। जीने को लोग जीते हैं, वैसे तो इस जहां में पर है जिंदगी का मकसद औरों के काम आना, इसलिए समाज इकट्ठा होता है, समझे आप। उसने कहा मुझे कुछ नहीं चाहिए। वो कहने लगा मैं चक्रवर्ती सम्राट हूं, कहा नाम, कहा राजा दशरथ। कान खड़े हुए जटायु, इसका मतलब है त्रेता का अंत हो रहा है। दशरथ का नाम सुनते ही वो कहता है राजन जो मैं मांगूंगा क्या दे दोगे? कहां दे दूंगा कि फिर मुझे प्रण करो, मेरे से वचन करो। तो उसने कहा राजा दशरथ ने जो प्रण हम एक बार कर दें, जिस राजा कहता है राजा ने कहा ठीक है। पंछी हो जटायु उड़ा चला गया, राजा दशरथ के युद्ध में आ गए। समय बीता, राजा के घर चार पुत्र पैदा हुए, राम लक्ष्मण भरत शत्रुघ्न। लोग नछावर लेकर के जा रहे हैं, बधाइयां गाते जा रहे हैं। जटायु ने सुना राजा दशरथ के घर चार पुत्र हुए, ओहो उसके तो तीन है, चौथा तो मेरा है। उड़ा वहां से, वहीं गया जहां राजा दशरथ लोगों को आभूषण बांट रहे थे। जटायु ने आवाज लगाई, ओ राजा दशरथ। इतना सुनते ही वो मोतियों का थाल जो था वो नीचे गिर गया। दशरथ ने सोचा ये मेरे राम को देने आ गया, लेकिन अब वो ऐसा बन गया कि जैसे वो जानता नहीं। करे भाई तू कौन है? जटायु कहता तो मेरा नाम नहीं जानते। कभी मैं तेरा नाम नहीं जानता, कब फिर तुमने, तुमको तो ये भी याद नहीं होगा तुमने मुझे वचन क्या दिया था। न जाई वह लिख करके गड्ढे में दबा दो। अरे मैं समझता था तुम राजा हरिश्चंद्र के वंशज हो, जो सपने में भी किसी से वचन कर लेते। में चाहे जोश ना हो, जिंदगानी में चाहे जोश ना हो, और बात करने का भी चाहे होश ना हो। लाख ऐब हो इंसान में मगर, पर आदमी एहसान फरामोश ना हो। अब मैं एहसान फरामोश होने लगा था, तूने मुझे बचा लिया। सुमंत को आज्ञा दी जाओ अंदर से राम को लेकर के आओ। राम जी को तेरी क्रिया कर्म करूंगा, करूंगा बेड़ा पार तेरा। और यही भगवान ने किया। जब जटायु की मौत हुई है, भगवान राम अपने पिता की मौत पर नहीं थे, लेकिन जटायु का जब अंत समय आया तो भगवान उसके निकट थे। दीन मलीन मदीन है अंग, विहंग परयो मही खिन्न दुखारी, राघव दीन दयाल कृपाल को, देख दशा करुणा भरी वाली, बाण ही बाण भारत पंख, जटायु की धूरी जटाओं से उतारी। अपनी जटाओं से उसकी धूरी को झाड़ा भगवान ने। कितना वो भाग्यशाली रहा, इसलिए पुत्र मांगे जाते हैं।
अंत समय में माता पिता के निकट हो और उनकी सेवा संभाल करें, इसीलिए पुत्र मांगे जाते हैं। वैसे तो मां के ऋण को अभी पंडित जी कह रहे थे कोई उतार नहीं सकता। एक राजा ने भी कोशिश की थी कि मैं मां के ऋण को उतार दूं, बहुत सारा सोने का ढेर लगा दिया और मां को कहा मां इसको हाथ लगा, मां ने उसको हाथ लगा दिया। अब वो बांटने लगा गरीबों में, सोना बांट रहा है, बड़ा प्रसन्न। मां कहती है क्यों प्रसन्न हो रहा है कि बस मां वैसे ही प्रसन्न हो रहा हूं, तेरे हाथ से मैंने इतना दान दिलवा दिया, वो ऋण तो उतर गया होगा। मां कहती है हां, एक रात में वो ऋण उतार सकता है, बस ज्यादा नहीं, एक रात में उतर जाएगा। कि हां कब उतारेगा, कि जब मां तू कहे तभी उतार दूंगा। मां कहती है फिर तेरी इच्छा है, जब तू उतारना चाहे तभी उस ऋण को उतार लेना। वो कहता है मां आज ही ले। मां से उसने कहा कि मां मैं तेरे ऋण को उतारना चाहता हूं। मां कहती है एक रात बस, ज्यादा नहीं, एक रात मेरे साथ सो जा, उसी रात में तू मेरे ऋण को उतार देगा। वो कहता ठीक है। अब मां के ऋण को उतारने चला था, रात को सोया, मां तो पूरे उससे सोई थी, मां ने देखा ये सो गया, मां ने बराबर में एक लोटा पानी का रखा हुआ था वो डाल दिया, बिस्तर गीला हो गया, एकदम से हड़बड़ा करके उठा, मां क्या हुआ, पानी पीने लगी थी गिर गया, कोई बात नहीं मां मैं स्वयं लेकर के आता हूं। लाया पानी, पिलाया, बिस्तर बदला, मां को सुला दिया, आप बराबर में सो गया। थोड़ी देर के बाद मां ने फिर पानी गिराया, अब क्या हुआ मां, स्वर बदल गया, अरे मैं जाना चाहती थी बाथरूम लेकिन जा नहीं पाई, बस ओहो कोई बात नहीं, चलो। मां ने वो देखा कि अब स्वर और है, बिस्तर को उसने बदला, सुला दिया, बता देना था मां तूने मुझे। मां कहती है इतने तुझको उठाती, बस मैं स्वयं शर्मिंदा हूं। जब देखा मां ने सो गया है, थोड़ी देर के बाद मां ने फिर वो एक बेसन का घोल सा रखा हुआ था वो भी बिस्तर पर डाल दिया, हड़बड़ा करके उठा, अब क्या है, देखा तो कुछ नहीं पूछा, तू पागल है, ये क्या कर दिया तूने। जब मां को डांटने लगा, मां कहती है बेटे तू मेरे ऋण को उतारने चला था एक रात में, अरे कितनी रातें तेरे पीछे मैंने गवाई, एक बार भी माथे पर मेरे शिकन नहीं आई और एक बार भी तू ऐसा खोलने लगा। तब वो सोचता है कि मैंने मां को गलत कह दिया। अनेक सलाम लगदिया नहीं तुर जावन एक बार ते मामा लगदिया नहीं, पुत्र भावे लख जान चो मंदे ने मामा आखण सारे जग नालों चंगे रे, होर किसे तो इंज वफा
ਲੱਭਦੀਆਂ ਨਹੀਂ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਮਾਂ ਦੇ ਵਰਗਾ ਕਿੰਨੇ ਦਰਦ ਵੰਡਾਉਣਾ ਏ, ਐਵੇਂ ਬੂਹਾ ਖੜਕਿਆ ਕਿੰਨੇ ਆਉਣਾ ਏ, ਐਵੇਂ ਰੌਲਾ ਪਾਉਣਾ ਕਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਕੰਮ ਇੱਕ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ। ਆਦਮੀ ਕੇ ਸਾਥ ਉਸਕਾ ਖਤਮ ਕਿੱਸਾ ਹੋ ਗਿਆ, ਅਰੇ ਆਗ ਠੰਡੀ ਹੋ ਗਈ, ਚਰਚਾ ਵੀ ਠੰਡਾ ਹੋ ਗਿਆ, ਚਲਤਾ ਫਿਰਤਾ ਥਾ ਜੋ ਕਲ ਤੱਕ ਬਨ ਕੇ ਵੋ ਤਸਵੀਰ ਆਜ, ਚਲਤਾ ਫਿਰਤਾ ਥਾ ਜੋ ਕਲ ਤੱਕ ਬਨ ਕੇ ਵੋ ਤਸਵੀਰ ਆਜ, ਹੋ ਗਿਆ ਮਜਬੂਰ ਕਿਤਨਾ ਦੀਵਾਰ ਸੇ ਜੋ ਲੱਗ ਗਿਆ। ਯਹ ਹੈ ਆਪਕੀ ਔਰ ਮੇਰੀ ਸਭ ਕੀ ਗਤੀ, ਯਹੀ ਹੋਣੀ ਹੈ। ਇਸ ਲਈ ਸੰਸਾਰ ਮੇ ਹਮ ਆਏ ਹੈ, ਉਸਦੇ ਮੰਗਤ ਆਤਮਾ ਜੋ ਸੰਸਾਰਿਕ ਨਾਮ ਕਾ ਰਾਜਵੰਤੀ ਥਾ, ਉਨਕੋ ਆਪਣੇ ਚਰਨੋਂ ਮੇ ਵਿਰਾਮ ਦੇ, ਔਰ ਪੀਛੇ ਪਰਿਵਾਰ ਪਰ ਸ਼੍ਰੀਮਤੀ ਰਾਜਵੰਤੀ ਸੁਖੀਤਾ ਜੀ ਦੀ ਅੰਤਿਮ ਸ਼ੋਕ ਸਭਾ ਮੇ, ਔਰ ਇਸ ਸ਼ੋਕ ਸਭਾ ਸਭਾ ਕੀ ਉਪਸਥਿਤੀ ਸੇ ਇਸ ਪਰਿਵਾਰ ਕੇ ਪ੍ਰਤੀ ਸਨੇਹ ਔਰ ਉਸ ਮਾਤਾ ਕੇ ਪ੍ਰਤੀ ਆਦਰ ਕੋ ਆਪ ਸਭੀ ਸਮਝ ਸਕਤੇ ਹੈ। ਆਪ ਸਭੀ ਦੇਖ ਰਹੇ ਹੈ ਉਸ ਮਾਂ ਕੀ ਪੁਰਵਾੜੀ ਮੇ ਜੋ ਉਸਕੇ ਨੰਨੇ ਮੁੰਨੇ ਰਜਿੰਦਰ ਸੁਖੀਜਾ ਜੀ, ਹਮਾਰੇ ਭਾਈ ਸੁਰਿੰਦਰ ਸੁਖੀਜਾ ਜੀ, ਸ਼ਾਮਦੀਪ ਸੁਖੀਜਾ ਜੀ, ਰਾਮ ਸੁਖੀਜਾ ਜੀ, ਔਰ ਮਾਰੀ ਬਹਿਣੇ ਉਰਮਲਾ ਡੀਂਗਰਾ, ਨਿਰਮਲਾ ਵਧਵਾ, ਪ੍ਰੋਮਿਲਾ ਔਰ ਅਰਚਨਾ ਖੁਰਾਨਾ ਜੀ ਹਮਾਰੇ ਸਾਥ, ਸ਼ਹਿਰ ਕੀ ਸਭੀ ਧਾਰਮਿਕ ਸਮਾਜਿਕ ਸੰਸਥਾਓਂ ਕੇ ਪ੍ਰਤੀਨਿਧਿ ਯਹਾਂ ਆਏ ਹੈ। ਸ਼ੋਕ ਸੰਦੇਸ਼ ਦਾ ਫੈਡਰੇਸ਼ਨ ਸ਼ਿਵ ਸੈਨਾ ਪਗਵਾੜਾ ਇੰਦਰਜੀਤ ਕਲਵਰ ਜੀ ਕੀ ਉਪਸਥਿਤੀ ਯਹਾਂ ਹੈ। ਸੰਜੀਵ ਬੁੱਗਾ ਜੀ ਹਮਾਰੇ ਬਹੁਤ ਹੀ ਆਦਰ ਸਹਿਤ ਯਹਾਂ ਆਏ ਹੈ ਪਰਿਵਾਰ ਕੇ ਸਾਥ ਸਟੇਜ ਸਮਾਧਾਨ ਕਰਨੇ ਕੇ ਲੀਏ। ਮਨੀਸ਼ ਭਾਰਦਵਾਜ ਜੀ, ਸ਼੍ਰੀ ਬਾਲਾ ਦੇਸ਼ ਪਾਠਕ ਜੀ ਆਮ ਆਦਮੀ ਪਾਰਟੀ ਕੀ ਤਰਫ ਸੇ, ਸੰਗੀਤਾ ਜੀ, ਅਵਨਾਸ਼ ਗੁਪਤਾ ਜੀ ਜੋ ਹਮਾਰੇ ਨਗਰ ਕੌਂਸਲਰ ਹੈ, ਉਹ ਵੀ ਯਹਾਂ ਉਪਸਥਿਤ ਹੈ। ਹਮਾਰੇ ਸੁਰਿੰਦਰ ਮਿੱਤਲ ਜੀ ਜੋ ਅਖਿਲ ਭਾਰਤੀ ਗ੍ਰਾਹਕ ਪੰਚਾਇਤ ਸਹਿ ਪ੍ਰਦੇਸ਼ ਸੰਗਠਨ ਮੰਤਰੀ ਹੈ, ਔਰ ਫਗਵਾੜਾ ਲਾਈਨ ਕਲੱਬ ਫਗਵਾੜਾ ਸਰਵਿਸ ਸੇ ਵੀ ਜੋ ਫਾਰਮਰ ਪ੍ਰੈਜ਼ੀਡੈਂਟ ਮੈਂਬਰ ਹੈ ਕੰਜ਼ੂਮਰ ਬੋਰਡ ਕੇ, ਉਹ ਵੀ ਉਪਸਥਿਤ ਹੈ। ਤੋ ਜ਼ਿਆਦਾ ਸਮੇਂ ਨਾ ਲੇਤਾ ਹੁਆ, ਮੈਂ ਸਬਸੇ ਪਹਿਲੇ ਹਮਾਰੇ ਮਾਸਟਰ ਬਰਨਰ ਜੋ ਕਿ ਯਹਾਂ ਉਪਸਥਿਤ ਹੈ ਲਾਈਨ ਹਰੀਸ਼ ਪਾਂਗਾ ਜੀ, ਉਨਸੇ ਨਿਵੇਦਨ ਕਰੂੰਗਾ ਕਿ ਸਾਰੇ ਸ਼ਹਿਰ ਵਾਸੀਆਂ ਨੇ ਪੰਜਾਬ ਤੋਂ ਵੱਖ ਵੱਖ ਸ਼ਖਸੀਅਤਾਂ ਪਹੁੰਚਣ ਤੇ ਇਹ ਮਾਤਾ ਦਾ ਪਿਆਰ ਹੈ। ਸਾਡਾ ਨਗਰ ਦੇ ਵਿੱਚ ਨਾਲ ਦਾ ਘਰ ਸੀ, ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਮਿਲਦਾ ਰਿਹਾ।
ਔਰ ਅੱਜ ਉਸ ਪਰਿਵਾਰ ਨੇ ਸ਼ਹਿਰ ਦੇ ਵਿੱਚ ਸਮਾਜ ਸੇਵੀ ਕੰਮਾਂ ਦੇ ਨਾਲ ਕਿਸ ਤਰ੍ਹਾਂ ਦਾ ਰੁਤਬਾ ਬਣਾਇਆ, ਇਹ ਮਾਤਾ ਜੀ ਦਾ ਪਿਆਰ ਹੈ। ਸੋ ਮੈਂ ਲਾਇਨਸ ਇੰਟਰਨੈਸ਼ਨਲ ਆਪਣੇ ਪਰਿਵਾਰ ਵੱਲੋਂ ਔਰ ਲਾਇਨਸ ਕਲੱਬ ਵਾਟਰ ਸਰਵਿਸ ਜਿੰਨੀਆਂ ਸਮੂਹ ਲਾਇਨਸ ਕਲੱਬਾਂ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਸਕੂਜਾ ਪਰਿਵਾਰ ਨੂੰ, ਰਾਮ ਜੀ ਨੂੰ, ਅੱਜ ਦੀ ਮਾਤਾ ਜੀ ਨੂੰ ਇਹੀ ਸੱਚੀ ਸ਼ਰਧਾਂਜਲੀ ਹੈ ਕਿ ਪਰਿਵਾਰ ਸੇਵਾ ਦੇ ਕਾਰਜਾਂ ਦੇ ਵਿੱਚ ਹਮੇਸ਼ਾ ਇੱਦਾਂ ਹੀ ਡਟਿਆ ਰਹੇ ਅਤੇ ਸਾਰੇ ਸ਼ਹਿਰ ਦੇ ਵਿੱਚੋਂ ਇਸੇ ਤਰ੍ਹਾਂ ਪਿਆਰ ਲੈਂਦਾ ਰਹੇ। ਇਹੀ ਸੇਵਾ ਹੈ ਕਿ ਅੱਜ ਦੇ ਮੌਕੇ 'ਤੇ ਮੈਂ हमारे बीच सरदार आजम चेखा जी और इंद्रजीत सोनकर एमसी वो भी हाजिर हैं, तो मैं विनती करूंगा सरदार आजम चेखा जी से कि वो श्रद्धांजलि अर्पित करेंगे। तुर जावन एक बार तो मावा लग गया, ਬੜੇ ਕਮਾਲ ਦੇ ਲਫ਼ਜ਼ ਲਿਖਣ ਵਾਲੇ ਨੇ ਵੀ ਲਿਖੇ ਆ ਅਤੇ ਗਾਇਨ ਕਰਨ ਵਾਲਿਆਂ ਨੇ ਵੀ ਬਹੁਤ ਅੱਛੇ ਗਾਇਨ ਕੀਤੇ ਹਨ। ਪੰਡਿਤ ਜੀ ਦਾ ਬਹੁਤ ਬਹੁਤ ਵੱਡਾ ਵੱਡਾ ਯੋਗਦਾਨ ਆ, ਮੈਨੂੰ ਪਤਾ ਇਹਨਾਂ ਦੇ ਪਿੱਛੇ ਬੜੀ ਵੱਡੀ ਪੂੰਜੀ ਆ ਅਧਿਆਪਕ ਵਾਲ ਦੀ, ਇਹਨਾਂ ਦਾ ਬੜਾ ਧੰਨਵਾਦ। ਮਾਂ ਕੀ ਹੈ? ਮਾਂ ਵਰਗਾ ਘਨਸ਼ਾਵਾਂ ਬੂਟਾ ਕਿਧਰੇ ਨਜ਼ਰ ਨਾ ਆਵੇ। ਮਾਂ ਇੱਕ ਉਹ ਛਾਂ ਹੈ ਜਿਸ ਛਾਂ ਦੇ ਥੱਲੇ ਰਹਿ ਕੇ ਇਨਸਾਨ ਆਪਣੀ ਜ਼ਿੰਦਗੀ ਦਾ ਫਲਸਫਾ ਸਿੱਖਦਾ। ਇਹ ਉਹ ਦਰਖਤ ਹੈ ਜਿਸ ਦੇ ਥੱਲੇ ਹਜ਼ਾਰਾਂ ਸੀ, ਬੜਾ ਪਿਆਰ ਇਹਨਾਂ ਦੇ ਕਰਕੇ ਬੜਾ ਪਿਆਰ ਸੀ ਸਾਡਾ ਵੀ। ਸਵਾਮੀ ਜੀ ਦਾ ਪਹਿਲਾ ਸਵਾਲ ਸੀ, ਮਾਤਾ ਪਿਤਾ ਦੀ ਸੇਵਾ ਵਿੱਚ ਕਿਤਨੇ ਤਤਪਰ ਹੋ? ਸਵਾਮੀ ਜੀ ਨੂੰ ਬੇਨਤੀ ਕੀਤੀ ਸੀ, ਕਮੀ ਤਾਂ ਹੋਈ ਜਾਂਦੀ ਆ, ਕਈ ਵਾਰ ਨਹੀਂ ਪੁੱਜੀ ਮਾਤਾ ਪਿਤਾ ਦੀ ਸੇਵਾ, ਜਵਾਬ ਦੇਵਾ ਜਾਂਦਾ। ਉਹ ਸਵਾਮੀ ਜੀ ਬੋਲੇ ਮਾਤਾ ਪਿਤਾ ਦੀ ਸੇਵਾ ਕਰੋ। ਉਹ ਕਹਿੰਦਾ ਜਿਸ ਵੇਲੇ ਮੇਰੀ ਮਾਂ ਨੇ ਮੈਨੂੰ ਇਹ ਸਿੱਖਿਆ ਦਿੱਤੀ ਕਿ ਤੂੰ ਭਾਰਤ ਮਾਂ ਦੀ ਸੇਵਾ ਕਰਨੀ ਹੈ, ਮੈਂ ਉਸ ਵੇਲੇ ਤਤਪਰ ਹੋਇਆ। ਮੈਨੂੰ ਤਾਂ ਨਾ ਭਾਰਤ ਮਾਂ ਦਾ ਪਤਾ ਸੀ, ਨਾ ਸੇਵਾ ਦਾ, ਨਾ ਕੁਰਬਾਨੀ ਦਾ। ਅੱਜ ਦੀ ਮੇਰੀ ਜਿਹੜੀ ਕੁਰਬਾਨੀ ਆ ਇਹਦੀ, ਇਹ ਮੇਰੀ ਮਾਂ ਇਸ ਗੱਲ ਦੀ ਪ੍ਰੇਰਨਾ ਸਰੋਤ ਆ ਕਿ ਮੈਂ ਫਾਂਸੀ ਦੇ ਫੰਦੇ ਤੋਂ ਚੁੱਕ ਰਿਹਾ। ਮਾਵਾਂ ਉਸ ਪੇਟ ਹੁੰਦੀਆਂ ਪਹਿਲਾਂ, ਮੈਂ ਤੁਹਾਨੂੰ ਇੱਕ ਗੱਲ ਤੋਂ ਜਾਗਰੂਕ ਕਰਨਾ, ਸਮਾਂ ਬਹੁਤ ਥੋੜ੍ਹਾ, ਸਮੇਂ ਦੇ ਪਾਬੰਦੀ ਵਿੱਚ ਰਹਿਣਾ, ਸਾਡਾ ਧਰਮ ਜ਼ਰੂਰ ਸਿਖਾਇਆ ਕਰੋ, ਨਾ ਕਿ ਟੈਲੀਵਿਜ਼ਨ ਦੇ ਮੂਹਰੇ ਬਿਠਾ ਕੇ ਸੀਰੀਅਲ ਸਿਖਾਇਆ ਕਰੋ, ਥੋੜ੍ਹਾ ਜਿਹਾ ਸਮਾਂ ਜ਼ਰੂਰ ਕੱਢੋ। ਮੈਂ ਆਪਣੇ ਭਾਈਚਾਰੇ ਨੂੰ, ਹਿੰਦੂ ਭਾਈਚਾਰੇ ਨੂੰ, ਸਿੱਖ ਭਾਈਚਾਰੇ ਨੂੰ, ਅਸੀਂ ਇੱਕੋ ਸਮਾਜ ਦੇ ਮੈਂਬਰ ਹਾਂ, ਉਹਨਾਂ ਨੂੰ ਕਹਿੰਦਾ ਜਪਜੀ ਸਾਹਿਬ ਸਿਖਾਓ, ਆਰਤੀ ਸਿਖਾਓ। ਆਪਾਂ ਇਹ ਜਿਹੜੇ ਬੱਚੇ ਆ ਆਉਂਦੇ ਪੀੜ੍ਹੀਆਂ ਬੇਨਤੀਆਂ ਜਾ ਰਹੀਆਂ, ਆਪਾਂ ਬਿਲਡਰ ਆਫ ਨੇਸ਼ਨ ਬਣਾਉਣੇ, ਨਹੀਂ ਤਾਂ ਮਨੁੱਖ ਬੜਾ ਲੱਤ ਪਾਸੇ ਜਾ ਰਿਹਾ। ਠੀਕ ਆ, ਸਾਰੀਆਂ ਗੱਲਾਂ ਬੜੀਆਂ ਜ਼ਰੂਰੀ ਆ, ਸੀਰੀਅਲ ਵੀ ਦੇਖ ਰਹੇ, ਪਿਕਚਰਾਂ ਵੀ ਦੇਖ ਰਹੀਆਂ, ਪਰ ਇੱਕ ਸਪਿਰਿਟ, ਨੈਸ਼ਨਲ ਸਪਿਰਿਟ, ਉਹ ਤਾਂ ਪਤਾ ਹੀ ਨਹੀਂ। ਰਾਮਚੰਦਰ ਜੀ ਦੇ ਕਿੰਨੇ ਭਰਾ ਸੀ, ਗੁਰੂ ਨਾਨਕ ਦੇ ਕਿੰਨੇ ਬੱਚੇ ਸੀ, ਕਿਹਨਾਂ ਗੱਲਾਂ ਬਾਰੇ ਸਾਡੇ ਜਿਹੜੇ ਬੱਚੇ ਆ ਅਸੀਂ ਗੱਲ ਇਸ ਸੰਬੰਧ ਦੇ ਵਿੱਚ ਇੱਥੇ ਇਕੱਤਰ ਹੋਏ ਹਾਂ। ਬੇਨਤੀ ਕਰਦਾ ਮਾਵਾਂ ਨੂੰ ਕਿ ਬੱਚਿਆਂ ਨੂੰ ਜ਼ਰੂਰ ਮਜ਼ਬੂਤ ਬਣਾਓ, ਥੋੜ੍ਹਾ ਬਹੁਤਾ ਧਾਰਮਿਕ ਰੰਗ ਇਹਨਾਂ ਦੇ ਵਿੱਚ ਜ਼ਰੂਰ ਚੜਾਓ। ਇਹਨਾਂ ਸ਼ਬਦਾਂ ਦੇ ਨਾਲ ਮੈਂ ਮਾਫ਼ੀ ਕਰਨਾ ਚੁੱਕਾਂ ਔਰ ਮੈਂ ਗੁਰੂ
ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ, ਮਹਾਮਾਈ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਡੀ ਮਾਤਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਪਰਿਵਾਰ ਨੂੰ ਜਿਹੜਾ ਇੰਨਾ ਸੋਹਣਾ ਪਰਿਵਾਰ ਆ, ਰਜਿੰਦਰ, ਸਿੰਦਰ, ਰਾਮ, ਸ਼ਾਮ, ਸਾਡੀਆਂ ਭੈਣਾਂ, ਜਿਹੜਾ ਕਿ ਬੜਾ ਯੂਨਾਈਟਿਡ ਪਰਿਵਾਰ ਆ, ਚਾਹੇ ਦੇਸ਼ਾਂ 'ਚ ਚਾਹੇ ਵਿਦੇਸ਼ਾਂ 'ਚ, ਇਹਨਾਂ ਨੇ ਬਹੁਤ ਵੱਡਾ ਨਾਂ ਕੱਟਿਆ। ਇਹ ਸਿਰਫ ਉਸ ਮਾਂ ਦੀ ਬਦੌਲਤ ਹੈ। ਧੰਨਵਾਦ। ਨਮਸਕਾਰ ਜੋ ਮੇਰੇ ਭੈਣੋ ਔਰ ਦੋਸਤੋ, ਅੱਜ ਅਸੀਂ ਮਾਤਾ ਲਾਜਵੰਤ ਜੀ ਦੀ ਯਾਦ ਵਿੱਚ ਬੈਠੇ ਹਾਂ। ਸਪੀਕਰ ਪਰਿਵਾਰ ਇੱਕ ਜਾਣਿਆ ਮੰਨਿਆ ਪਰਵਾਨਿਆ ਜਸ਼ਨ ਮੇਰੇ ਗੁਰੂ ਜੀ ਕਾ ਜੀ ਕਹਿ ਰਹੇ ਸਨ, ਮਾਨ ਪ੍ਰਸ਼ਠਾ ਵਾਲਾ ਪਰਿਵਾਰ। ਇਨਸਾਨ ਦੀ ਜ਼ਿੰਦਗੀ ਬੜੀ ਕੀਮਤੀ ਹੈ, ਬਹੁਤ ਕੀਮਤੀ, ਸ਼ਾਇਦ ਦੁਨੀਆ ਅਤੇ ਇਸ ਤੋਂ ਨਾਲੋਂ ਕੀਮਤੀ ਕੋਈ ਹੋਰ ਚੀਜ਼ ਨਹੀਂ। ਪੰਡਿਤ ਜੀ ਨੇ ਵੀ ਅੱਜ ਆਪਣੇ ਪ੍ਰਵਚਨ ਸ਼ਰਧਾ ਵਜੋਂ, ਮਾਤਾ ਜੀ ਨੂੰ ਸ਼ਰਧਾ ਵਜੋਂ ਪੇਸ਼ ਕੀਤੇ ਨੇ। ਮੈਂ ਸਮਝਾਂ ਕਿ ਗੁਰਬਾਣੀ ਦੇ ਵਿੱਚ ਇਸ ਜੀਵਨ ਨੂੰ ਬਹੁਤ ਵਡਮੁੱਲਾ ਹੀਰਾ ਦੱਸਿਆ ਗਿਆ। ਕਬੀਰ ਮਾਨ ਚੰਦ ਲੱਭ ਹੈ ਉਥਣਾ ਬਾਰੰਬਾਰ, ਜਿਉਂ ਬੰਨ ਫਲ ਪਾ ਕੇ ਪੁਆਇੰਟ ਗਿਰੇ ਬਹੁਤਾਂ ਨਾਲ ਕਿਡਾ। ਇੱਕ ਵਾਰੀ ਪੱਕਿਆ ਹੋਇਆ ਫਲ ਟੁੱਟ ਕੇ ਡਿੱਗ ਜਾਵੇ, ਇਹ ਜੀਵਨ ਉਸੇ ਸਮਾਨ। ਇੱਕ ਵਾਰੀ ਸਵਾਸ ਚਲਾ ਗਿਆ, ਮੁੜ ਕੇ ਵਾਪਸ ਨਹੀਂ ਹੁੰਦਾ। ਮਾਤਾ ਜਨਨੀ ਹੈ, ਇਸ ਜਗਤ ਦੀ ਨੂੰ ਪੈਦਾ ਕਰਨ ਵਾਲੀ ਗੁਰੂ ਨਾਨਕ ਦੀ ਮਾਤਾ, ਭਗਵਾਨ ਰਾਮ ਦੀ ਮਾਤਾ, ਭਗਵਾਨ ਕ੍ਰਿਸ਼ਨ ਦੀ ਮਾਤਾ। ਮਾਤਾ ਨੇ ਰੱਬ ਨੂੰ ਜਨਮ ਦਿੱਤਾ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਭਗਵਾਨ ਤੋਂ ਪਹਿਲਾਂ ਮਾਤਾ ਦਾ ਦਰਜਾ, ਪਿਤਾ ਦਾ ਦਰਜਾ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਮੇਰੀ ਸੰਤ ਕਰੇ ਹਮ ਹਰ ਕੇ ਬਾਤ। ਸੋ ਮਾਤਾ ਰੁਤਬਾ ਭਗਵਾਨ ਦੇ ਸਮਾਨ ਰੁਤਬਾ। ਬਾਣੀ ਵਿੱਚ ਜਿਸ ਸਮੇਂ ਸ਼ੁਰੂ ਕੀਤਾ ਸੀ ਕਿ ਇਨਸਾਨ ਨੇ ਪ੍ਰਾਪਤੀ ਕਰਨੀ ਹੈ ਉਸ ਪ੍ਰਭੂ ਦੀ, ਉਸਦਾ ਸਿਮਰਨ ਕਰਕੇ ਬਾਣੀ ਜ਼ਿਕਰ ਹਰ ਦਿਨ ਕੌਣ ਸਹਾਈ ਮਨ ਕਾ, ਮਾਤ ਪਿਤਾ ਭਾਈ ਸੁਖਮਿੰਤਾ ਇਤਲਾ ਕਾ ਸਫਲ ਹੈ। ਅਸਲੀ ਮਕਸਦ ਹੈ ਅਸੀਂ ਇਸ ਜੀਵਨ ਦੇ ਵਿੱਚ ਜਿੱਥੇ ਆਪਣੀ ਡਿਊਟੀ ਕਰਤ ਪੂਰੇ ਕਰਨੇ, ਉੱਥੇ ਪਰਮਾਤਮਾ ਦੇ ਪ੍ਰਾਪਤੀ ਵੀ ਕਰਨੀ। ਮਾਤਾ ਦੋਨੇ ਕੰਮ ਕਰਦੀ, ਉਸ ਮਾਲਕ ਦੇ ਚੰਨਣ ਬੇਨਤੀ ਕਰਕੇ ਪਰਿਵਾਰ ਦੀ ਸੁੱਖ ਸ਼ਾਂਤ ਵੀ ਮੰਗਦੀ ਔਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਦੀ। ਕਬੀਰ ਜੀ ਦਾ ਦੁਹਾ, ਰੇ ਬੋਰੇ ਤੁਸੀਂ ਘੜੇ ਨਾ ਰਾਖੀ ਕੋਈ, ਤੂੰ ਰਾਮ ਨਾਮ ਜਪ ਸੋਈ। ਜਦੋਂ ਤੇਰੇ ਸਵਾਸ ਪੂਰੇ ਹੋ ਜਾਣੇ ਹੈ, ਤੈਨੂੰ ਇੱਥੋਂ ਬਹੁਤ ਜਲਦੀ ਤੇਰੇ ਸਰੀਰ ਦਾ ਸੰਸਾਰ ਹੋ ਜਾਣਾ। ਸੋ ਇਸ ਕਰਕੇ ਅਸਲੀ ਮਨੋਰਥ ਬੜੀ ਪ੍ਰਾਪਤ ਮਨੁੱਖ ਦੀ ਹੋਈ ਆ, ਦੋ ਜੁਲਣ ਦੀ ਤੇਰੀ ਬਣੀ ਹੈ। ਉਹ ਰੂਹਾਂ ਜਿਹੜੀਆਂ ਉਸ ਮਾਲਕ ਦੇ ਨਾਲ ਜੁੜੀਆਂ ਨੇ, ਉਹ ਇੱਥੇ ਅਤੇ ਉੱਥੇ, ਇੱਥੇ ਉੱਥੇ ਰਖਵਾਲਾ ਮੇਰਾ ਸਤਿਗੁਰੂ ਦੀਨ ਦਿਆਲ। ਸੋ ਅੱਜ ਉਸ ਭਾਈ ਮਾਤਾ ਦੀ ਚਾਰ ਤੋਂ ਬੈਠੇ ਹਾਂ ਸਾਰੇ ਅਸੀਂ, ਜਿਹਨੇ
ਜਿੰਨੇ ਮਾਈ ਭਾਈ ਹਾਜ਼ਰ ਹੋਏ ਆ ਸਾਰੇ ਮਾਤਾ ਦੇ ਚਰਨਾਂ ਸ਼ਰਧਾ ਦੇ ਪੁਸ਼ਪ ਕਰਨ ਵਾਸਤੇ ਹੱਥ ਪਾਈਏ। ਮੈਂ ਪਰਿਵਾਰ ਵੱਲੋਂ ਸਾਰੀ ਸੰਗਤ ਦਾ ਭਰਾਵਾਂ ਭੈਣਾਂ ਦੇ ਬਜ਼ੁਰਗ ਦੋਸਤ ਮਿੱਤਰ ਬੱਚੇ ਬੱਚੀਆਂ ਸਾਰਿਆਂ ਦਾ ਹਿਰਦੇ ਤੋਂ ਧੰਨਵਾਦ ਕਰਨਾ ਹੈ, ਅਰਦਾਸ ਕਰਨੀ ਹੈ ਇੱਕ ਸ਼ਬਦ ਦੁਆਰਾ। ਆਪਾਂ ਸਾਰਿਆਂ ਨੇ ਸੰਬਤ ਸਲਾਹ ਦੀ ਖਿਆਲ ਕਰ ਪਾਓ ਅਤੇ ਇਹ ਉਸ ਦਿਨ ਸੀਗੀਆਂ ਜੋ ਗੁਰੂ ਸਾਹਿਬ ਸੁਮੇਲ ਇੱਕ ਬੱਚੀ ਜਿਸਦੀ ਸ਼ਾਦੀ ਹੈ ਜਿਸਦੀ ਚਾਚ ਸਾਹਿਬ ਦੀ ਚਿੱਠੀ ਆਈ ਹੈ ਉਸ ਏਰੀਆ ਨੂੰ ਬੇਨਤੀ ਕਰਦੀ ਹੈ ਕਿ ਮੈਨੂੰ ਇਤਨਾ ਸਵਾਰ ਦਿਓ, ਮੇਰੇ ਵਾਰਡ ਸਵਾਰ ਦਿਓ, ਮੇਰੀ ਮੀਡੀਆ ਸਵਾਰ ਦਿਓ ਤਾਂ ਕਿ ਮੈਨੂੰ ਉਹ ਦੁਨਿਆਵੀ ਪਤੀ ਜਿਹੜਾ ਉਹ ਮੈਨੂੰ ਪਾ ਜਾਵੇ, ਪਹਿਲਾਂ ਪਿਆਰ ਕਰੇ। ਅਤੇ ਇਹੋ ਹੀ ਅਰਦਾਸ ਮਾਤ ਦੇ ਚਰਨਾਂ 'ਚ ਹੈ। ਸਾਰੀ ਅਰਦਾਸ ਕਰੋ ਸੰਗਤ ਸਾਹਿਬ ਦੀ ਖਿਆਲ ਕਰ ਪਾਓ ਅਤੇ ਜੋ ਸਿੱਖਣ ਸ਼ਿਸ਼ੀਆਂ ਜੋ ਹੋਵੇ ਸਾਹਿਬ ਸੁਣੇ ਗੁਰੂ ਕਿਰਪਾ ਕਰੇ ਤੁਹਾਡੀਆਂ ਅਰਦਾਸਾਂ ਨਾਲ ਉਸ ਮਾਤਾ ਦੀ ਆਤਮਾ ਸਿੰਘੀ ਮਾਤ ਦੇ ਚਰਨਾਂ 'ਚ ਬਸ ਚੱਲੇ। ਸਾਨੂੰ ਆਸ਼ੀਰਵਾਦ ਬਾਬਾ ਸਿੰਘ ਜੀ ਦੀ ਅਰਦਾਸ ਹੈ। ਇਹਨਾਂ ਸ਼ਬਦਾਂ ਨਾਲ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੇ ਸਾਰੇ ਸਾਥੀਆਂ ਵੱਲੋਂ ਉਸ ਵਿਸ਼ਵੀ ਆਤਮ ਦੇ ਚਰਨਾਂ 'ਚ ਸ਼ਰਧਾ ਦੀ ਕੁਛ ਭੇਟ ਕਰਦਾ। ਬਹੁਤ ਬਹੁਤ ਧੰਨਵਾਦ। ਜੈ ਸ਼੍ਰੀ ਕ੍ਰਿਸ਼ਨ ਚੰਦਰ ਮਹਾਰਾਜ ਕੀ ਜੈ। ਇਸ ਪਾਠ ਕੀ ਪੂਰਨ ਆਹੁਤੀ ਆਰਤੀ ਹੈ, ਸਭੀ ਮਿਲ ਕਰ ਵੀ ਹੋ ਰਹੀ ਹੈ। ਓਮ ਜੈ ਜਗਦੀਸ਼ ਹਰੇ ਜੋ ਧਿਆਵੇ ਫਲ ਪਾਵੇ ਦੁਖੇ ਹਰਿ ਓਮ ਜੈ ਜਗਦੀਸ਼ ਹਰੇ।
के हमें तेरे अपने हाथ उठाओ, दया भरी शरण लगाओ, द्वारे पर में तेरे हरि ओम जय जग चरणों में स्थान दें। बोलो श्री कृष्ण चंद्र महाराज की जय। बोलो राधे 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 श्याम राधे श्याम राधे राधे कृष्ण राधे कृष्ण राधे श्याम राधे श्याम।